ਅਜਿਹੇ ਦਿਨ ਪੱਤਰਕਾਰਾਂ ਉਤੇ ਹਮਲੇ ਅਤੇ ਕਵਰੇਜ ਨੂੰ ਰੋਕਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਜਿਹੇ ਹੀ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਪੱਤਰਕਾਰਾਂ ਨੂੰ ਸ਼ਿਕਾਇਤ ਮਿਲੀ ਕਿ ਸਕੂਲ ਵਿੱਚ ਛੋਟੇ ਬੱਚਿਆਂ ਵੱਲੋਂ ਕੰਮ ਕਰਵਾਇਆ ਜਾ ਰਿਹਾ ਹੈ ਸ਼ਿਕਾਇਤ ਨੂੰ ਮੁੱਖ ਰੱਖਦੇ ਹੋਏ ਜਦ ਪੱਤਰਕਾਰ ਸਕੂਲ ਵਿੱਚ ਕਵਰੇਜ ਕਰਨ ਪਹੁੰਚੇ ਤਾਂ ਪ੍ਰਿੰਸੀਪਲ ਮੈਡਮ ਵੱਲੋਂ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਉਹਨਾਂ ਨੂੰ ਕਵਰੇਜ ਕੀਤੀ ਵੀਡੀਓ ਨੂੰ ਡਿਲੀਟ ਕਰਨ ਲਈ ਕਿਹਾ ਹੱਦ ਤਾਂ ਉਦੋਂ ਹੋ ਗਈ ਜਦੋਂ ਸਕੂਲ ਦੇ ਸਾਰੇ ਗੇਟਾਂ ਨੂੰ ਤਾਲੇ ਮਰਵਾ ਦਿੱਤੇ ਗਏ ਤਾਂ ਜੋ ਕੋਈ ਵੀ ਪੱਤਰਕਾਰ ਬਾਹਰ ਨਾ ਜਾ ਸਕੇ ਦੂਜੇ ਪਾਸੇ ਇਸ ਮਾਮਲੇ ਦਾ ਜਦ ਪ੍ਰੈਸ ਸੰਘਰ ਜਰਨਲਿਸਟ ਅਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਜੀਪ ਪੁਜਰੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤਰਨ ਤਰਨ ਇਕਾਈ ਵਿਖੇ ਇੱਕ ਅਚਨਚੇਤ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਖਤ ਸ਼ਬਦਾਂ ਵਿੱਚ ਪ੍ਰਿੰਸੀਪਲ ਮੈਡਮ ਦੀ ਮੁਰਖਤਾਈ ਦੀ ਨਿੰਦਾ ਕੀਤੀ ਗਈ ਅਤੇ ਪ੍ਰਸ਼ਾਸਨ ਨੂੰ ਪਰਚਾ ਦਰਜ ਕਰਨ ਦੀ ਮੰਗ ਕੀਤੀ ਅੱਜ ਪ੍ਰਧਾਨ ਦੀ ਨਾ ਬੋਲਦੇ ਹੋ ਪਹਿਲਾਂ ਤੇ ਕੱਲ ਦਾ ਜਿਹੜਾ ਮੈਟਰ ਹੈ ਜਿਹੜਾ ਪੱਤਰਕਾਰ ਨੂੰ ਲੈ ਕੇ ਅੱਜ ਜਿਹੜੀ ਐਸੋਸੀਏਸ਼ਨ ਵੱਲੋਂ ਮੀਟਿੰਗ ਰੰਭੀ ਗਈ ਕੀ ਮੈਂ ਮੈਂ ਆਲ ਇੰਡੀਆ ਪ੍ਰੈਜ਼ੀਡੈਂਟ ਸੰਜੀਤ ਪੁੰਜ ਅੱਜ ਪ੍ਰੈਸਿੰਗ ਅਰਸ਼ ਜਨ ਅਸੋਸੀਏਸ਼ਨ ਦੀ ਇੱਕ ਮੀਟਿੰਗ ਤਤਨ ਵਿੱਚ ਅਚਨਚੇਤ ਬੁਲਾਈ ਹੈ ਇਹਦੇ ਵਿੱਚ ਮੀਟਿੰਗ ਦੇ ਅਸੀਂ ਅੱਜ ਕਈ ਜਿਹੜੇ ਆ ਵਿਚਾਰ ਵਟਾਂਦਰਾ ਕੀਤੇ ਆ ਉਹਦੇ ਉੱਤੇ ਵਿਚਾਰ ਵਟਾਂਦਰਾ ਕਰ ਤੋਂ ਬਾਅਦ ਕੱਲ ਬੀਤੇ ਕੱਲ ਜੋ ਘਟਨਾ ਹੋਈ ਹੈ ਮੰਡੀ ਵਾਲੇ ਸਕੂਲ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਮੰਡੀ ਵਾਲਾ ਸਤੰਤਰ ਵਿੱਚ ਜਿਹੜੀ ਕਟਨਾਈ ਆ ਪ੍ਰਿੰਸੀਪਲ ਅਰਜਿੰਦਰ ਕੌਰ ਮੈਡਮ ਦੇ ਕਹਿਣ ਦੇ ਉਤੇ ਜੋ ਉਥੋਂ ਦਾ ਸਟਾਫ ਸੀਗਾ ਉਹਨਾਂ ਨੇ ਜੋ ਘਟਿਆ ਕੰਮ ਕੀਤਾ ਉਹ ਬਹੁਤ ਹੀ ਨਿੰਦਨਯੋਗ ਆ ਔਰ ਅਸੀਂ ਕਿਸੇ ਵੀ ਕੀਮਤ ਤੇ ਇਹਨਾਂ ਨੂੰ ਬਖਸ਼ਣਾ ਨਹੀਂ ਹੈ ਅੱਜ ਇਹ ਇਹੋ ਡਿਸੀਜਨ ਲਿਆ ਗਿਆ ਇੱਕ ਦਿਨ ਪਹਿਲੋਂ ਅਸੀਂ ਸਵਤੰਤਰਤਾ ਦਿਵਸ ਮਨਾ ਰਹੇ ਆ ਪ੍ਰੈਸ ਦਾ ਦੇ ਦੂਸਰੇ ਦਿਨ ਪੱਤਰਕਾਰਾਂ ਨੂੰ ਅਹੀਂ ਬੰਦੀ ਬਣਾ ਰਹੇ ਆ ਇਸ ਤੋਂ ਘਟੀਆਂ ਕੰਮ ਕਿਹੜਾ ਹੋ ਸਕਦਾ ਇਸ ਤੋਂ ਘਟੀਆਂ ਸ਼ਰਮਨਾਕ ਜਿਹੜੀ ਹਰਕਤ ਕੀ ਹੋ ਸਕਦੀ ਆ ਇੱਕ ਪੜ੍ਹੇ ਲਿਖੀ ਕਮਿਊਨਿਟੀ ਇੱਕ ਪੜ੍ਹੇ ਲਿਖੀ ਜਮਾਤ ਦੇ ਟੀਚਰ ਜਿਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਦੇਣੀ ਐ ਸਮਾਜ ਨੂੰ ਸੇਧ ਦੇਣੀ ਐ ਇਹਨਾਂ ਨੇ ਪੱਤਰਕਾਰਾਂ ਤੇ ਹਮਲਾ ਕੀਤਾ ਉਹਨਾਂ ਨੂੰ ਬੰਦੀ ਬਣਾ ਲਿਆ ਅਗਰ ਸਕੂਲ ਦੇ ਵਿੱਚ ਸਹੀ ਕੰਮ ਹੋ ਰਿਹਾ ਸੀਗਾ ਸਕੂਲ ਵਿੱਚ ਸਟੱਡੀ ਕਰਵਾਈ ਜਾ ਰਹੀ ਸੀ ਕਲਾਸਾਂ ਲੱਗੀਆਂ ਸੀ ਤੇ ਫਿਰ ਡਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਸੀਗੀ ਫਿਰ ਡਰਨ ਦੀ ਕੋਈ ਇਹਨਾਂ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਸੀ ਕਿ ਸਕੂਲ 'ਚ ਇੱਕ ਕਲਾਸ ਲੱਗੀ ਹੈ ਬੱਚੇ ਬੈਠੇ ਨੇ ਕਲਾਸਾਂ ਵਿੱਚ ਬੈਠੇ ਨੇ ਸਿਸਟਮੈਟਿਕ ਸਾਰਾ ਸਿਸਟਮ ਚੱਲ ਰਿਹਾ ਹੈ ਟੀਚਰ ਪੂਰੇ ਨੇ ਤੇ ਫਿਰ ਕੀ ਜ਼ਰੂਰ ਤੁਸੀਂ ਕੀ ਕੀ ਤਾਲੇ ਬੰਦ ਕਰਨ ਦੀ ਅਗਰ ਕੋਈ ਗਲਤੀ ਸੀਗੀ ਤਾਂ ਤਾਂ ਇਹਨਾਂ ਨੇ ਆਪਣੀ ਚੋਰੀ ਨੂੰ ਛਪਾਉਣ ਵਾਸਤੇ ਤਾਲੇ ਬੰਦ ਕੀਤੇ ਦਰਵਾਜ਼ੇ ਬੰਦ ਕਰਕੇ ਪੱਤਰਕਾਰਾਂ ਦੇ ਨਾਲ ਬਤਮੀਜੀ ਕੀਤੀ ਉਹਨਾਂ ਦੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਡਰਾਇਆ ਉਹਨਾਂ ਨੂੰ ਧਮਕਾਇਆ ਵੀਡੀਓ ਡਿਲੀਟ ਕਰਨ ਵਾਸਤੇ ਕਿਹਾ ਸੋ ਅਜਿਹੇ ਜਿਹੜੇ ਮਾਮਲੇ ਸਾਡੇ ਸਾਹਮਣੇ ਆਏ ਨੇ ਇਹਦੇ ਵਿੱਚ ਅਸੀਂ ਅੱਜ ਫੈਸਲਾ ਲਲਿਆ ਕਿ ਇਹ ਜਿਹੜੇ ਟੀਚਰ ਨੇ ਜਿਨ੍ਹਾਂ ਨੇ ਵੀ ਇਹ ਘਟੀਆ ਹਰਕਤ ਕੀਤੀ ਹੈ ਸ਼ਰਮਨਾਕ ਹਰਕਤ ਕੀਤੀ ਹੈ ਇਹਨਾਂ ਨੂੰ ਹੀ ਬਖਸ਼ਣਾ ਨਹੀਂ ਹੈ ਚਾਹੇ ਉਹਦੇ ਵਾਸਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨਾ ਪਵੇ ਉਹ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਜਿੰਨੇ ਵੀ ਸਾਡੇ ਪੱਤਰਕਾਰ ਸਾਥੀ ਆ ਉਹ ਅੱਜ ਇਹ ਗੱਲ ਅਸੀਂ ਉਹਨਾਂ ਨਾਲ ਫੈਸਲਾ ਕਰ ਚੁੱਕੇ ਹਾਂ ਸਾਰਿਆਂ ਨਾਲ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗੂ ਸਾਡੇ ਨਾਲ ਖੜੇ ਨੇ ਔਰ ਇਹਨਾਂ ਨੂੰ ਸਬਕ ਸਿਖਾਵਾਂਗੇ ਇਹ ਮੈਡਮ ਔਰ ਜਿੰਦਰ ਕੋਰ ਪ੍ਰਿੰਸੀਪਲ ਤੇ ਐਫ ਆਈ ਆਰ ਦਰਜ ਕਰਵਾਵਾਂਗੇ ਚਾਹੇ ਕਿੰਨਾ ਵੀ ਵੱਡਾ ਸ਼ਿੰਗਰ ਸ਼ਵਿਡਣਾ ਪਵੇ ਉਹ ਵਿਡਾਂਗੇ ਹਰ ਹਾਲ ਚਿਰ ਵਿਡਾਂਗੇ ਧੰਨਵਾਦ ਮੇਰਾ ਨਾਮ ਕੁਲਵਿੰਦਰ ਸਿੰਘ ਗੋਲਡੀ ਪੱਤਰਕਾਰ ਟਾਈਮ ਟੀਵੀ ਚੜ੍ਹਦੀ ਕਲਾ ਤਰਨਤਨ ਤੋਂ ਬੀਤੇ ਦਿਨੀ ਮੇਰੇ ਪੱਤਰਕਾਰ ਭਾਈਚਾਰੇ ਦੇ ਉੱਤੇ ਜਿਹੜੀ ਆ ਅਨਸੁਖਾਵਾਂ ਘਟਨਾ ਵਾਪਰੀ ਆ ਜਿਹਦੇ ਤੋਂ ਬਾਅਦ ਚਾਨੂੰ ਪਤਾ ਲੱਗਾ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਪੁਲਿਸ ਪ੍ਰਸ਼ਾਸਨ ਨੂੰ ਵੀ ਇਨਫੋਰਮ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੇ ਤੇ ਅਸੀਂ ਜਾ ਕੇ ਆਪਣੇ ਸਾਥੀਆਂ ਨੂੰ ਤਾਲਾ ਖਲਾ ਕੇ ਰਿਹਾ ਕਰਵਾਇਆ ਜੋ ਕਿ ਬਹੁਤ ਜ਼ਿਆਦਾ ਗੈਰ ਕਾਨੂੰਨੀ ਸੀਗਾ ਮੈਡਮ ਵੱਲੋਂ ਆਪਣੇ ਸਟਾਫ ਨੂੰ ਅੱਗੇ ਕੀਤਾ ਗਿਆ ਅਤੇ ਉਸ ਦੌਰਾਨ ਉਹਨਾਂ ਨੇ ਜਿਹੜੇ ਸਾਡੇ ਸਾਥੀ ਆ ਉਹਨਾਂ ਦੇ ਦਬਾਅ ਵੀ ਪਾਇਆ ਗਿਆ ਕਿ ਜਿਹੜੀ ਕਵਰੇਜ ਕੀਤੀ ਗਈ ਆ ਵੀਡੀਓ ਜਿਹੜੇ ਉਹਨਾਂ ਕੋਲ ਸਬੂਤ ਸੀਗੇ ਪ੍ਰਸ਼ਾਸਨ ਦੇ ਖਿਲਾਫ ਇਹਨੂੰ ਡਿਲੀਟ ਕੀਤਾ ਜਾਵੇ ਜਦਕਿ ਅਸੀਂ ਡਿਲੀਟ ਨਹੀਂ ਸੀ ਕਰ ਰਹੇ ਸਾਡੇ ਸਾਥੀ ਜਿਸ ਦੇ ਕਾਰਨ ਉਹ ਕੰਪਰੋਮਾਈਜ਼ ਤੇ ਚਾਹੁੰਦੇ ਸੀ ਪਰ ਉਹ ਕਹਿੰਦੇ ਸੀਗੇ ਅਸੀਂ ਉਹਨਾਂ ਚੋਂ ਤੱਕ ਉਹਨੂੰ ਰਿਹਾ ਨਹੀਂ ਕਰਨਾ ਜਿੰਨਾ ਚਿਰ ਤੁਸੀਂ ਡਿਲੀਟ ਨਹੀਂ ਕਰਦੇ ਉਪਰੋਂ ਅਸੀਂ ਜਾ ਕੇ ਜਦੋਂ ਅਸੀਂ ਇਹ ਮੌਕੇ ਤੇ ਗਏ ਆ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਦਾ ਨਾਲ ਸਾਥ ਲਿਆ ਵਾ ਤਸੀਂ ਬਾਹਰੋਂ ਜਾ ਕੇ ਤਾਲਾ ਖਲਵਾਇਆ ਉਹਨਾਂ ਕੋਲੋਂ ਔਰ ਅਸੀਂ ਇਸ ਚੀਜ਼ ਦਾ ਜਿਹੜੀ ਆ ਬਿਲਕੁਲ ਮੰਗ ਕਰਦੇ ਆ ਵੀ ਇਹ ਸਬੰਧ ਦੇ ਧਿਰ ਦੇ ਉੱਤੇ ਪਰਚਾ ਹੋਣਾ ਚਾਹੀਦਾ ਵਾ ਜਿਨ੍ਹਾਂ ਨੇ ਸਾਡੇ ਪੱਤਰਕਾਰ ਭਾਈਚਾਰਾ ਇਹਨਾਂ ਵਧੇਕੀ ਕੀਤੀ ਆ ਲੋਕਤੰਤਰ ਦੇ ਚੌਥੇ ਥੰਮ ਦੇ ਉੱਤੇ ਹਮਲਾ ਕੀਤਾ ਆ ਇਹ ਪੱਤਰਕਾਰ ਭਾਈਚਾਰਾ ਹੀ ਹੁੰਦਾ ਵਾ ਪ੍ਰੈਸ ਹੀ ਹੁੰਦੀ ਆ ਪ੍ਰੈਸ ਦੀ ਆਜ਼ਾਦੀ ਆ ਤੇ ਅਸੀਂ ਲੋਕ ਸੁਰੱਖਿਅਤ ਆ ਸਾਡੇ ਜਿਹੜੇ ਹਿੱਤ ਨੇ ਸਾਡੇ ਸੁਰੱਖਿਅਤ ਨੇ ਤੇ ਜੇ ਅਸੀਂ ਇਸ ਤਰ੍ਹਾਂ ਨਾ ਕਰਾਂਗੇ ਪ੍ਰੈਸ ਨੂੰ ਦਬਾਵਾਂਗੇ ਰੈਸ ਦਾ ਕੰਮ ਹੀ ਇਹੀ ਆ ਕਿ ਲੋ ਇਹਨਾਂ ਦੀ ਪ੍ਰਸ਼ਾਸਨ ਦੀਆਂ ਜਿਹੜੀਆਂ ਕਮਜ਼ੋਰੀਆਂ ਉਹ ਜਾਗਰ ਕਰਨ ਤਾਂ ਕਿ ਪ੍ਰਸ਼ਾਸਨ ਸਹੀ ਤਰੀਕੇ ਨਾਲ ਚੱਲ ਸਕੇ ਮੈਂ ਇਨਾ ਹੀ ਕਹਿਣਾ ਵਾ ਕਿ ਇਹਨਾਂ